ਸੁਖਬੀਰ ਬਾਦਲ ਅੰਮ੍ਰਿਤਸਰ ਵਿੱਚ ਹਮ ਸੀ ਤੇ ਸਾਰੀ ਕੀ ਕਹਿ ਰਹੇ ਕੈਂਪੇਨ ਬੀਜੇਪੀ ਚਾਹੁੰਦੇ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਚ ਇੰਕੂ ਜੀ ਆਏ ਆ ਸਾਨੂੰ ਬੜੀ ਖੁਸ਼ੀ ਆ ਅੱਜ ਪੰਚਵਰ ਨੂੰ ਐਲਾਨ ਕੀਤਾ ਗਿਆ 115 ਤੋਂ ਵੱਧ ਮਾਡਲ ਸਕੂਲ ਪ੍ਰਾਪਤ ਆ ਰਿਹਾ 500 ਮੁਹੱਲਾ ਕਲੀਨਿਕ ਟੇਬਲ ਕੋ ਧੱਕਾ ਮਾਰ ਭਗਵੰਤ ਮਾਨ ਨੇ ਅੱਜ ਤੱਕ 1 ਸਾਲ ਜੋ ਕਿਹਾ ਉਹ ਕਿਤੇ ਨਹੀਂ ਕੀਤਾ ਅੱਜ ਜਿਹੜੇ 10-12 ਮੁਹੱਲਾ ਕਲੀਨਿਕ ਬਣਾਏ ਉਹ ਵੀ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਅੱਜ ਉਹਨਾਂ ਤੇ ਜਾ ਕੇ ਦੇਖ ਕੇ ਆਓ ਨਾ ਉੱਥੇ ਡਾਕਟਰ ਹੈ ਨਾ ਉੱਥੇ ਕੋਈ ਨਰਸ ਹੈ ਨਾ ਕੋਈ ਦਵਾਈ ਹੈ ਕੁਰਸੀਆਂ ਟੁੱਟੀਆਂ ਪਈਆਂ ਪਹਿਲੇ ਜਿਹੜੇ 10 ਬਣਾਏ ਕਲੀਨਿਕ ਘੱਟ ਤੋਂ ਘੱਟ ਉਹ ਤਾਂ ਚਲਾ ਲਓ ਹਰ ਰੋਜ਼ ਝੂਠ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਜਿਹੜਾ ਬਾਦਲ ਸਾਹਿਬ ਨੇ ਮੈਰੀਟੋਰੀਅਸ ਸਕੂਲ ਬਣਾਏ ਸੀ ਜਿਹੜਾ ਇਹਨਾਂ ਦੇ ਕੇਜਰੀਵਾਲ ਨੇ ਆਪ ਤਾਰੀਫ ਕੀਤੀ ਜਿਨ੍ਹਾਂ ਦੀ ਘੱਟ ਤੋਂ ਘੱਟ ਉਹਨਾਂ ਨੂੰ ਤਾਂ ਚਲਾ ਲਓ ਚੱਜ ਨਾਲ ਭਗਵੰਤ ਮਾਨ ਦੀ ਆਦਤ ਹੈ ਕਿ ਹਰ ਰੋਜ਼ ਝੂਠ ਬੋਲ ਦਿਓ ਸੋ ਸਾਰੀ ਗੇਮ ਹੀ ਉਹਨਾਂ ਦੀ ਝੂਠ 'ਤੇ ਨਿਰਭਰ ਹੈ ਤੋ ਇਸ ਕਰਕੇ ਸਾਨੂੰ ਕੋਈ ਵਿਸ਼ਵਾਸ ਨਹੀਂ ਅਤੇ ਨਾ ਸਾਨੂੰ ਉਮੀਦ ਹੈ ਭਗਵੰਤ ਮਾਨ 'ਤੇ ਸਾਨੂੰ ਕੋਈ ਉਮੀਦ ਨਹੀਂ ਕੋਈ ਬਣਾਊਗਾ ਜਾਂ ਕੋਈ ਕੰਮ ਕਰੂਗਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਜਿਹੜੇ ਸਾਬਕਾ ਸਾਡੇ ਪ੍ਰਧਾਨ ਮੰਤਰੀ ਰਹੇ ਨੇ ਚਾਹੇ ਜਿੰਨੇ ਵੀ ਰਹੇ ਨੇ ਚਾਹੇ ਅਸੀਂ ਡਾਕਟਰ ਬਾਜਵਾ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਬੋਲਣ ਤੋਂ ਪਹਿਲੇ ਸਰ ਮਨਮੋਹਨ ਸਿੰਘ ਬੜੇ ਰਿਸਪੈਕਟਿਡ ਇਨਸਾਨ ਸੀ ਪੂਰੇ ਦੁਨੀਆ 'ਚ ਉਹਨਾਂ ਦੀ ਬੜੀ ਰਿਸਪੈਕਟ ਸੀ ਕੌਨਵੈਂਟ ਸੀ ਇਸ ਕਰਕੇ ਉਹਨਾਂ ਦੇ ਖਿਲਾਫ਼ ਐਜਾ ਬਿਆਨ ਦੇਣਾ ਮੈਨੂੰ ਤਾਂ ਹੈਰਾਨੀ ਹੈ ਕਿ ਰਾਹੁਲ ਗਾਂਧੀ ਬੈਠੇ ਸੀ ਉੱਥੇ ਤੇ ਬਿਆਨ ਦੇ ਰਿਹਾ ਰਾਹੁਲ ਗਾਂਧੀ ਨੂੰ ਟੋਕਣਾ ਚਾਹੀਦਾ ਸੀ ਮਨਪ੍ਰੀਤ ਬਾਦਲ ਨੇ ਇੱਕ ਵਾਰੀ ਫਿਰ ਪਾਰਟੀ ਬਦਲੀ ਔਰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਮੈਂ ਉਹਨਾਂ ਨੂੰ ਬੈਸਟ ਆਫ ਲੱਕ ਕਹਿੰਦਾ ਚਲੋ ਥੈਂਕ ਯੂ